ਇਨਸਾਨੀ ਰੂਹ ਨੂੰ ਰੂਹਾਨੀ ਗਿਜ਼ਾ ਦੀ ਲੋੜ ਹੈ ਅਤੇ ਮੌਸੀਕੀ ਰੂਹ ਦੀ ਗਿਜ਼ਾ ਦਾ ਇੱਕ ਹਿੱਸਾ ਹੈ। ਹੀ ਕਿਤੇ ਝੋਕ ਝਲਾਰ ਮੌਸੀਕੀ ਦਾ ਪ੍ਰੋਗਰਾਮ ਹੈ ਅਤੇ ਬੁੱਖੀ ਰੂਹ ਦੀ ਗਿਜ਼ਾ ਹੈ। ਖਾਨ ਖਲੀਕ ਝੋਕ ਝਲਾਰ ਪ੍ਰੋਗਰਾਮ ਦੇ ਨਾਲ ਹਾਜ਼ਰ ਸਾਈਂ ਸਲਾਮ ਥੀਵੇ। ਸੁਣੋ ਸਾਈਂ, ਸੋਚ ਦਾ ਬਰਹ ਰਾਸਤ ਤਾਲੁਕ ਇਨਸਾਨ ਦੀ ਅਕਲ ਨਾਲ ਹੁੰਦੇ ਅਤੇ ਹਰ ਅਮਲ ਦਿਮਾਗ ਦੇ ਜ਼ਰੀਏ ਥੀਂਦੇ। ਕੋਈ ਵੀ ਅਕਲਮੰਦ ਸ਼ਖਸ ਕੋਈ ਕੰਮ ਕਰਨ ਤੋਂ ਪਹਿਲੇ ਜ਼ਰੂਰ ਸੁਚੇਂਦੇ। ਇਨਸਾਨੀ ਦਿਮਾਗ ਕਈ ਮਸਲੇ ਦੇ ਹੱਲ ਕੀਤੇ ਖੁਦ ਕੋ ਤਿਆਰ ਕਰੇਂਦੇ ਅਤੇ ਵੱਤ ਉਹਨਾਂ ਸਾਰੇ ਰਸਤਿਆਂ ਦੀ ਨਿਸ਼ਾਨਦਾਈ ਕਰੇਂਦੇ ਜਿਨ੍ਹਾਂ ਦੇ ਜ਼ਰੀਏ ਇਹ ਮਸਲੇ ਦਾ ਹੱਲ ਕੁਝ ਨਾ ਕੁਝ ਮੁਮਕਿਨ ਹੁੰਦੇ। ਇਹਦੇ ਬਾਅਦ ਅਕਲ ਦੀ ਵਾਰੀ ਆਉਂਦੀ ਹੈ। ਇਨਸਾਨੀ ਅਕਲ ਸਾਰੇ ਰਸਤਿਆਂ ਕੋਲ ਆਪਣੇ ਅੰਦਰ ਜਜ਼ਬ ਕਰੇਂਦੀ ਹੈ ਅਤੇ ਹਰ ਰਸਤੇ ਜਾਂ ਹੱਲ 'ਤੇ ਗੌਰ ਕਰੇਂਦੀ ਹੈ। ਜਿਹੜਾ ਰਸਤਾ ਜਾਂ ਹੱਲ ਸੌਖਾ ਮਹਿਸੂਸ ਕਰੇਂਦੀ ਹੈ ਉਹਦਾ ਇੰਤਖਾਬ ਕਰ ਗਿੰਦੀ ਹੈ। ਇਹ ਜ਼ਰੂਰੀ ਨਹੀਂ ਹੁੰਦਾ ਜੋ ਜਿਹੜਾ ਕੁਝ ਅਸਾਂ ਸੁਚੇਂਦੇ ਪਏ ਹੋਂ ਜਾਂ ਸੋਚ ਚੁੱਕੇ ਹੋਂ ਉਹ ਠੀਕ ਵੀ ਹੋਵੇ। ਇਹ ਇੱਕ ਇਨਫਰਾਦੀ ਅਤੇ ਫਿਤਰੀ ਅਮਲ ਹੈ। ਹਰ ਬੰਦਾ ਆਪਣੀ ਹੈਸੀਅਤ ਅਤੇ ਔਕਾਤ ਦੇ ਮੁਤਾਬਿਕ ਸੁਚੇਂਦੇ ਜਾਂ ਸੋਚ ਸਕਦੇ। ਇੱਥਾਂ ਸਵਾਲ ਇਹ ਪੈਦਾ ਥੀਂਦੇ ਜੋ ਆਖਿਰ ਇਹ ਸੋਚ ਹੈ ਕਿਆ? ਕਿਆ ਅਸਾਂ ਬਗੈਰ ਸੋਚੇ ਸਮਝੇ ਵੀ ਕੋਈ ਫੈਸਲਾ ਕਰ ਸਕਦੇ ਹਾਂ? ਸੁਣੋ ਸਾਈਂ, ਸੋਚ ਖੁਦਾਦਾਦ ਸਲਾਹੀਅਤ ਦਾ ਨਾਂ ਹੈ ਅਤੇ ਖੁਦਾ ਨੇ ਹਰ ਇੱਕ ਨੂੰ ਉਹਦੀ ਹੈਸੀਅਤ ਦੇ ਮੁਤਾਬਿਕ ਸੋਚਣ ਦੀ ਸਲਾਹੀਅਤ ਦਿੱਤੀ ਹੋਈ ਹੈ। ਕੁਝ ਲੋਕ ਬਹੁ ਘੱਟ ਸੋਚੇਂਦੇ ਨੇ, ਜਿਹੜੇ ਬੇਵਕੂਫਾਂ ਅਤੇ ਕੰਮ ਅਕਲਾਂ 'ਚ ਸ਼ੁਮਾਰ ਥੀਂਦੇ ਨੇ। ਕੁਝ ਲੋਕ ਹੱਦ ਤੋਂ ਜ਼ਿਆਦਾ ਸੋਚਣ ਨਾਲ ਵੀ ਮੁਸ਼ਕਲਾਂ ਦੇ ਸ਼ਿਕਾਰ ਨਜ਼ਰ ਆਉਂਦੇ ਨੇ। ਹੀ ਵਾਸਤੇ ਸੋਚ 'ਚ ਤਵਾਜ਼ਨ ਨਾਲ ਮਸਲਾ ਆਸਾਨੀ ਨਾਲ ਹੱਲ ਥੀ ਸਕਦੇ। ਸੋਚ ਇਨਸਾਨੀ ਸ਼ਖਸੀਅਤ ਦਾ ਖਾਸਾ ਹੈ। ਖੁਦਾ ਨੇ ਇਹ ਨਿਮਤ ਸਿਰਫ ਇਨਸਾਨ ਕੋ ਹੀ ਦਿੱਤੀ ਹੈ, ਬਾਕੀ ਸਾਰੀ ਮਖਲੂਕਾਤ ਇਸ ਸਿਫਤ ਤੋਂ ਮਾਹਰੂਮ ਹੈ। ਇਹ ਸੋਚ ਹੀ ਤਾਂ ਹੈ ਜਿਹੜੀ ਆਦਮੀ ਕੋ ਇਨਸਾਨ ਬਲਕਿ ਅਸ਼ਰਫੁਲ ਮਖਲੂਕਾਤ ਬਣੇਦੀ। ਸੋਚ ਇੱਕ ਹਥਿਆਰ ਹੈ ਜਿਹੜਾ ਇਨਸਾਨ ਮੁਸ਼ਕਿਲ ਘੜੀ 'ਚ, ਮੁਸ਼ਕਿਲ ਹਾਲਾਤ 'ਚ ਆਪਣੇ ਬਚਾਓ ਕੀਤੇ ਇਸਤੇਮਾਲ ਕਰੇਂਦੇ। ਸੋਚ ਇੱਕ ਰਾਏ ਦਾ ਨਾਂ ਹੈ ਜਿਹੜੀ ਅਸਾਂ ਦੂਜਿਆਂ ਦੇ ਬਾਰੇ ਕਾਇਮ ਕਰੇਂਦੇ ਹਾਂ। ਜੇ ਰਾਏ ਅੱਛੀ ਹੋਵੇ ਤਾਂ ਮਸਬਤ ਸੋਚ ਚਰੀਂਦੀ ਹੈ, ਦੂਜੀ ਸੂਰਤ 'ਚ ਮਨਫੀ। ਹਰ ਇਨਸਾਨ ਦੀ ਸੋਚ ਦਾ ਅੰਦਾਜ਼ ਮੁਖਤਲਿਫ ਹੈ। ਕੁਝ ਲੋਕ ਸਿਰਫ ਆਪਣੇ ਬਾਰੇ ਸੋਚਣਾ ਪਸੰਦ ਕਰੇਂਦੇ ਨੇ, ਇਹੋ ਜਿਹਿਆਂ ਲੋਕਾਂ ਕੋਲ ਖੁਦ ਗਰਜ਼ ਆਖਿਆ ਵੈਂਦੇ। ਕੁਝ ਲੋਕਾਂ ਦੀ ਸੋਚ ਲਾਜ਼ਵਾਲ ਅਤੇ ਬੇਹਿਸਾਬ ਹੁੰਦੀ ਹੈ। ਜੇ ਉਹ ਸੁਚੇਂਦੇ ਨੇ ਤਾਂ ਸਭ ਕੀਤੇ, ਜੇ ਕਰੇਂਦੇ ਨੇ ਤਾਂ ਸਭ ਕੀਤੇ, ਹੱਤਾ ਕਿ ਮੰਗਦੇ ਵੀ ਸਭ ਕੀਤੇ ਹਨ। ਇਹਨਾਂ ਲੋਕਾਂ ਕੋਲ ਮੁਖਲਿਸ ਅਤੇ ਹਮਦਰਦ ਆਖਿਆ ਵੈਂਦੇ।
ਸਹੀ ਗੀਤ ਤੋਂ ਪਹਿਲੇ ਮੈਂ ਸੋਚ ਦੀ ਗੱਲ ਬੈਠਾ ਕਰਦਾ ਹਾਂ ਜੋ ਸੋਚ ਨੂੰ ਇਨਸਾਨੀ ਸ਼ਊਰ ਅਤੇ ਲਾਸ਼ਊਰ ਦੇ ਦਰਮਿਆਨ ਲੁਕੀ ਹੋਈ ਦੀਵਾਰ ਦਾ ਨਾਂ ਵੀ ਦਿੱਤਾ ਵਾ ਸਕੀਂਦੇ ਸਹੀ ਦੀਵਾਰ ਜਿਤਨੀ ਬੁਲੰਦ ਹੋ ਸੀ ਉਤਨੀ ਫਾਇਦਾਮੰਦ ਹੈ ਕਿਉਂ ਜੋ ਸ਼ਊਰ ਅਤੇ ਲਾਸ਼ਊਰ ਆਪਸ ਵਿੱਚ ਉਲਝ ਨਾ ਵੰਜਣ ਬਹਰਹਾਲ ਸੋਚ ਦਾ ਅਮਲ ਬਰਕਰਾਰ ਰਹਿਣਾ ਜ਼ਰੂਰੀ ਹੈ ਕਿਉਂ ਜੋ ਇਹ ਸੋਚ ਹੀ ਤਾਂ ਹੈ ਜਿਹੜੀ ਇਨਸਾਨ ਨੂੰ ਆਪਣੇ ਮੁਸਤਕਬਿਲ ਦੇ ਬਾਰੇ ਮਨਸੂਬੇ ਬਣਾਉਣ ਵਿੱਚ ਮਦਦ ਦਿੰਦੀ ਹੈ ਆਲਾ ਦਰਜੇ ਤਾਈਂ ਗਿਣ ਵਹਿੰਦੀ ਏ ਇਨਸਾਨ ਕੋ ਇਨਸਾਨ ਬਣੇਂਦੀ ਏ ਅਕਲ ਵਧੇਂਦੀ ਏ ਇਨਸਾਨ ਵਿੱਚ ਦੂਰਅੰਦੇਸ਼ੀ ਜਿਹੀ ਲਾਜ਼ਵਾਲ ਸਿਫਤ ਦਾ ਬਾਇਸ ਬਣਦੀ ਏ ਇਹ ਇੱਕ ਫਿਤਰੀ ਅਮਲ ਏ ਜਿਵੇਂ ਕੰਨ ਦਾ ਕੰਮ ਸੁਣਨਾ ਅਤੇ ਸਿਰਫ ਸੁਣਨਾ ਏ ਅਤੇ ਦਿਮਾਗ ਦਾ ਕੰਮ ਸੋਚਣਾ ਅਤੇ ਸਿਰਫ ਸੋਚਣਾ ਏ ਮਸਬਤ ਸੋਚ ਸਿਰਫ ਇਨਸਾਨ ਦੀ ਸ਼ਖਸੀਅਤ ਵਿੱਚ ਨਿਖਾਰ ਪੈਦਾ ਕਰੇਂਦੀ ਏ ਅਤੇ ਉਹਨੂੰ ਸਹੀ ਵਕਤ ਵਿੱਚ ਸਹੀ ਫੈਸਲਾ ਕਰਨ ਵਿੱਚ ਮਦਦ ਦਿੰਦੀ ਏ ਸਾਈਂ ਪਾਕੀਜ਼ਾ ਅਤੇ ਮਸਬਤ ਸੋਚ ਵਿੱਚ ਸਾਡੀ ਨਿਜਾਤ ਵੀ ਹੈ ਅਤੇ ਭਲਾਈ ਵੀ ਸੋਹਣਾ ਸਾਈਂ ਬਾਈਬਲ ਮੁਕੱਦਸ ਵਿੱਚ ਇਹ ਤਾਸਰ ਅਸਰੋਂ ਨਹੀਂ ਮਿਲਦਾ ਜੋ ਦਿਮਾਗੀ ਸ਼ਊਰ ਖਿਆਲਾਤ ਅਤੇ ਇਰਾਦੇ ਦਾ ਮਰਕਜ਼ ਹੈ ਬਲਕਿ ਇਹਨਾਂ ਚੀਜ਼ਾਂ ਦਾ ਤਲੁਕ ਦਿਲ ਨਾਲ ਹੈ ਸਾਡੀ ਮੌਜੂਦਾ ਸੋਚ ਦੇ ਮੁਤਾਬਿਕ ਦਿਮਾਗ ਹੀ ਸ਼ਊਰ ਖਿਆਲ ਅਤੇ ਇਰਾਦੇ ਦਾ ਮਰਕਜ਼ ਹੈ ਅਤੇ ਦਿਲ ਜਜ਼ਬਾਤ ਦਾ ਲੇਕਿਨ ਬਾਈਬਲ ਮੁਕੱਦਸ ਵਿੱਚ ਇਵੇਂ ਨਹੀਂ ਦਿਲ ਤੋਂ ਮੁਰਾਦ ਸ਼ਖਸੀਅਤ ਦਾ ਹਰ ਪਹਿਲੂ ਹੈ ਯਾਨੀ ਨਫਸਾਨੀ ਦਿਮਾਗੀ ਅਤੇ ਜਿਸਮਾਨੀ ਬੇਸ਼ੱਕ ਦਿਲ ਦੀ ਮਾਦੀ ਬਨਾਵਟ ਗੋਸ਼ਤ ਹੈ ਲੇਕਿਨ ਉਹ ਇਰਾਦੇ ਸੋਚ ਅਤੇ ਜਜ਼ਬਾਤ ਦਾ ਮਰਕਜ਼ ਹੈ ਇੰਜੀਲ ਸ਼ਰੀਫ ਵਿੱਚ ਲਿਖਿਆ ਹੋਏ ਤੂੰ ਖੁਦਾਵੰਦ ਆਪਣੇ ਖੁਦਾ ਨਾਲ ਆਪਣੇ ਸਾਰੇ ਦਿਲ ਯਾਨੀ ਆਪਣੀ ਸਾਰੀ ਜਾਨ ਅਤੇ ਆਪਣੀ ਸਾਰੀ ਅਕਲ ਅਤੇ ਆਪਣੀ ਸਾਰੀ ਕੂਵਤ ਨਾਲ ਮੁਹੱਬਤ ਰੱਖ ਲੇਕਿਨ ਇਨਸਾਨ ਦਾ ਦਿਲ ਇਵੇਂ ਨਹੀਂ ਕਰ ਸਕਦਾ ਕਿਉਂ ਜੋ ਇਨਸਾਨ ਦੇ ਦਿਲ ਦੇ ਤਸੱਵਰ ਅਤੇ ਖਿਆਲ ਹਮੇਸ਼ਾ ਬੁਰੇ ਹੀ ਹੁੰਦੇ ਨੇ ਦਿਲ ਦਾ ਸਹੀ ਰਵੱਈਆ ਉਹ ਵੇਲੇ ਸ਼ੁਰੂ ਥੀਂਦੇ ਜੈਂ ਵੇਲੇ ਉਹ ਟੁੱਟਦੇ ਅਤੇ ਸ਼ਿਕਸਤਾ ਹੁੰਦੇ ਸ਼ਿਕਸਤਾ ਦਿਲ ਫਰੋਤਨੀ ਅਤੇ ਤੌਬਾ ਦੀ ਅਲਾਮਤ ਹੈ ਉਹ ਸ਼ਿਕਸਤਾ ਰੂਹ ਦੇ ਮੁਤਰਾਦਿਫ ਹੈ ਇਹ ਸ਼ਿਕਸਤਗੀ ਇਹ ਵਾਸਤੇ ਜ਼ਰੂਰੀ ਹੈ ਜੋ ਸਖ਼ਤ ਦਿਲ ਖੁਦਾ ਦੀ ਮਰਜ਼ੀ ਨੂੰ ਨਹੀਂ ਮੰਨੇਦਾ ਯਾਨੀ ਜਿਹੜੇ ਦਿਲ 'ਤੇ ਚਰਬੀ ਚੜ੍ਹ ਗਈ ਹੋਵੇ ਜਾਂ ਜਿਹੜਾ ਸਖ਼ਤ ਥੀ ਗਿਆ ਹੋਵੇ ਉਹ ਖੁਦਾ ਦੀ ਮਰਜ਼ੀ ਪੂਰੀ ਨਹੀਂ ਕਰੇਂਦਾ ਖੁਦਾ ਸਾਡੇ ਦਿਲਾਂ ਤੋਂ ਵਾਕਿਫ ਹੈ ਉਹ ਬੈਰੂਨੀ ਨੁਮਾਇਸ਼ ਤੋਂ ਦੋਖਾ ਨਹੀਂ ਖਾਂਦਾ ਹੀ ਵਾਸਤੇ ਇੱਕ ਅੱਛੀ ਦੁਆ ਇਹ ਜੋ ਇਹ ਖੁਦਾ ਤੂੰ ਮੈਂ ਕੋ ਜਾਂਚ ਅਤੇ ਮੇਰੇ ਦਿਲ ਕੋ ਸੁਝਾਣ ਅਤੇ ਮੇਰੇ ਅੰਦਰ ਪਾਕ ਦਿਲ ਪੈਦਾ ਕਰ ਯਾਨੀ ਉਹ ਦਿਲ ਜੈਂ ਤੇ ਖੁਦਾ ਦੀ ਸ਼ਰੀਅਤ ਨਕਸ਼ ਹੋਵੇ ਇਵੇਂ ਅਸਾਂ ਆਪਣੇ ਦਿਲ ਦੀ ਹਿਫਾਜ਼ਤ ਕਰ ਸਕਦੇ ਹਾਂ ਕਿਉਂ ਜੋ ਸਾਡਾ ਦਿਲ ਹੀ ਹੈ ਜ਼ਿੰਦਗੀ ਦਾ ਸਰਚਸ਼ਮਾ ਹੈ ਸੋਹਣਾ ਸਾਈਂ ਮੁਕੱਦਸ ਲੋਕ ਯਸੂ ਅਲਮਸੀਹ ਦੀ ਮੁਹੱਬਤ ਦਾ ਅੰਦਾਜ਼ਾ ਉਹ ਵੇਲੇ ਕਰ ਸਕਦੇ ਹਨ ਜੈਂ ਵੇਲੇ ਉਹ ਇਮਾਨ ਨਾਲ ਉਹਨਾਂ ਦੇ ਦਿਲ ਵਿੱਚ ਸਕੂਨਤ ਕਰ ਬਸਾਮੀ ਬਰਕਤ ਦਾ ਏ ਪਾਕ ਮਸੀਹ ਮੁਰਹਾਨ ਲੀਲਾ ਸਾਡੇ ਤੇ ਬਸਾਮੀ ਬਰਕਤ ਦਾ ਸਾਰਿਆਂ ਭੁੱਲਣ ਹਾਰਿਆਂ ਕੋ
ਏ ਪਾਕ ਮਸੀਹ ਹੁਣ ਹਾਂ ਅੱਲਾ ਸਾਡੇ ਤੇ ਵਸਾ ਮੀਂਹ ਬਰਕਤ ਦਾ। ਸਹੀ ਗੀਤ ਸੁਣਦੇ ਬੈਠਿਆ ਸੀ ਸਹੀ ਖੁਦਾ ਦੇ ਮੁਕੱਦਸ ਕਲਾਮ ਬਾਈਬਲ ਮੁਕੱਦਸ ਵਿੱਚ ਲਿਖਿਆ ਹੋਏ ਜੋ ਕਾਜ਼ੀਆਂ ਕੋ ਆਖਿਆ ਗਏ, ਜਿਹੜਾ ਕੁਝ ਕਰੋ ਸੋਚ ਸਮਝ ਕੇ ਕਰੋ, ਕਿਉਂ ਜੋ ਤੁਸਾਂ ਆਦਮੀਆਂ ਦੀ ਤਰਫੋਂ ਨਹੀਂ ਵੇ ਬਲਕਿ ਖੁਦਾਵੰਦ ਦੀ ਤਰਫੋਂ ਅਦਾਲਤ ਕਰੇਂਦੇ ਹੋ, ਅਤੇ ਖੁਦਾ ਫੈਸਲੇ 'ਚ ਤੁਹਾਡੇ ਨਾਲ ਏ। ਬਸ ਖੁਦਾਵੰਦ ਦਾ ਖੌਫ ਤੁਹਾਡੇ ਦਿਲ 'ਚ ਰਹੇ, ਬਸ ਖਬਰਦਾਰੀ ਨਾਲ ਕੰਮ ਕਰਾਏ, ਕਿਉਂ ਜੋ ਖੁਦਾਵਨ ਸਾਡੇ ਖੁਦਾ 'ਚ ਬੇਇਨਸਾਫ਼ੀ ਕੋਈ ਨਹੀਂ, ਅਤੇ ਨਾ ਕਹਿੰਦੀ ਰੂਦਾਰੀ ਨਾ ਰਿਸ਼ਵਤਖੋਰੀ ਏ। ਇਹ ਇਕਤਬਾਸ ਖੁਦਾ ਦੇ ਮੁਕੱਦਸ ਕਲਾਮ ਤੋਂ ਸੁਣਿਆ ਸੀ। ਜੇ ਮਜ਼ੀਦ ਜਾਣਨ ਦੇ ਖਾਹਿਸ਼ਮੰਦ ਹੋ ਤਾਂ ਸਾਕੂ ਖਤ ਲਿਖੋ, ਅਸਾਂ ਇੰਤਜ਼ਾਰ 'ਚ ਰਾਸੂ, ਅਤੇ ਖਤ 'ਚ ਆਪਣੀ ਰਾਏ ਜ਼ਰੂਰ ਖਲਾਏ ਜੋ ਇਹ ਪ੍ਰੋਗਰਾਮ ਤੁਹਾਨੂੰ ਕਿਵੇਂ ਲੱਗਦੇ, ਜੇ ਚੰਗਾ ਲੱਗਦੇ ਤਾਂ ਇਹਦੇ 'ਚ ਕਿਹੜੀ ਗੱਲ ਪਸੰਦ ਹੈ, ਨਹੀਂ ਤਾਂ ਉਹਦੀ ਵੀ ਨਿਸ਼ਾਨਦੇਹੀ ਕਰਾਏ। ਅਤੇ ਖਤ ਲਿਖਣ ਵਾਸਤੇ ਸਾਡਾ ਪਤਾ ਹੈ ਪ੍ਰੋਗਰਾਮ ਜੋਕ ਝਲਾਰ, ਪੋਸਟ ਬਾਕਸ ਨੰਬਰ 117 ਯਾਨੀ 117 ਫੈਸਲ ਆਬਾਦ ਪਾਕਿਸਤਾਨ। ਇਜਾਜ਼ਤ ਦਿਓ ਸੋਹਣੇ ਰੱਬ ਦੇ ਹਵਾਲੇ।